ਬਮਾਲ ਕਥਾ ਚਲਾ ਰਹੀ ਸੀ। ਸ਼ਾਸਤਰੀ ਮਹਾਰਾਜ ਦੂਆ ਦਿਨ ਕਥਾ ਕਰਾ ਰਹੇ ਤੇ ਕਥਾ ਦੇ ਵਿੱਚ ਰਸ ਨਹੀਂ ਆ ਰਿਹਾ। ਦੂਏ ਦਿਨ, ਪਹਿਲੇ ਦਿਨ ਬੜਾ ਮਜ਼ਾ ਆਇਆ, ਕਥਾ 'ਚ ਸਵਾਦ ਨਹੀਂ ਆਇਆ, ਕਥਾ 'ਚ ਰੁਚੀ ਨਹੀਂ ਬਣੀ। ਧਿਆਨ ਕਹਿਣਾ ਸੁਣਿਓ, ਪਤੀ ਪਤਨੀ ਜਿਹੜੇ ਕੁਆਰੇ ਨੇ ਉਹ ਵੀ ਸੁਣੋ, ਉਹ ਕਿਹੜੀਆਂ ਸ਼ਕਤੀਆਂ ਹੀਆਂ, ਕਿੰਨੀਆਂ ਇੱਕ ਦੂਏ ਦੀ ਜਾਣਦੀਆਂ ਹਨ, ਕੀ ਉਹਦਾ ਸੰਬੰਧ ਹੋਵ। ਮਹਾਰਾਜ ਨੇ ਸਟੇਜ ਆਪਣਾ ਉਤਰਦੇ ਗਏ, ਇੱਕ ਠੇਕੇਦਾਰ ਸਾਹਿਬ ਜੀ ਆਖਿਆ ਕਿ ਠੇਕੇਦਾਰਾ ਆਪਣਾ ਮੋਟਰਸਾਈਕਲ ਲਿਆ, ਉਹਨੇ ਨਵਾਂ ਨਵਾਂ ਲੈ ਦਾ ਰੋਇਲ ਐਨਫੀਲਡ, ਉਹਨੇ ਮੋਟਰਸਾਈਕਲ ਲਿਆਂਦਾ ਮਹਾਰਾਜ ਪਿੱਛੇ ਬੈਠੇ। ਮਹਾਰਾਜ ਦੀ ਆਦਤ ਸੀ ਆਪਣੀਆਂ ਦੋਨੋਂ ਬਾਹਾਂ ਨੇ ਮੋਢੇ ਉੱਪਰ ਰੱਖ ਲੈਂਦੇ ਸੀ, ਅਗਲੇ ਦੇ ਦੋਨੇ ਬਾਹਾਂ ਮੋਢੇ ਉੱਪਰ ਰੱਖੀ, ਉੱਥੇ ਰੈਸਟ ਕਰਨੀ ਜਿੰਨੀ ਵਾਰੀ ਕਰਨੀ, ਬਾਕੀ ਦੇ ਸਭ ਸਮਾਜ ਕੀ ਸਮਝ ਦਿੱਤੇ। ਸੇਰੀ ਪੁੱਜੀ ਹੈ, ਉਹਨੇ ਆਖਿਆ ਮਹਾਰਾਜ ਸੇਰੀ ਆਈ। ਅੱਛਾ ਮਹਾਰਾਜ ਉਤਰੇ, ਰਸਤੇ 'ਚ ਪੁੱਛਿਆ ਉਹਨੇ ਜਾਣਾ ਕਿੱਥੇ ਹੈ, ਮਹਾਰਾਜ ਕਿ ਸੇਰੀ ਲਈ ਚਲੀ ਜਾਣ। ਸੇਰੀ ਪੁੱਜੇ, ਸੇਰੀ ਅੰਦਰ ਵੜਦੇ ਗਏ, ਸਾਡੇ ਪਰੋਤ ਜੀ ਦੀ ਦੁਕਾਨ ਆਉਂਦੀ ਹੈ ਸੀਤਾ ਰਾਮ ਪਰੋਤ ਜੀ ਦੀ, ਉਹ ਪੱਗ ਪਾਉਂਦੇ ਰਹੇ ਨੇ ਭਾਈ, ਇੱਥੇ ਸੇਰੀ ਵੀ ਕੇਰਨੀ, ਇਹਨਾਂ ਦੇ ਇੱਥੇ ਵੀ ਬੜੇ ਕੇਰਨੀ ਉਹਨਾਂ ਨੇ ਬੈਠੇ ਦੇ, ਹੈਨਾ। ਸਾਰਿਆਂ ਨੂੰ ਪ੍ਰਣਾਮ ਹੈ, ਮੇਰਾ ਬੱਚਾ ਮੈਂ ਤੁਹਾਡਾ ਸਾਰਿਆਂ ਦਾ ਕਿ ਛੋਟਾ। ਧਿਆਨ ਕਰਨਾ ਸੁਣਿਓ, ਕਿਹੜੀਆਂ ਹਾਂ ਮਹਾਰਾਜ ਜੀ ਮਾਤਾ ਜੀ ਦਾ ਉਹ ਪਰਮ ਸ਼ਕਤੀਆਂ, ਕਿੰਨੀਆਂ ਇੱਕ ਦੂਏ ਕੀ ਸਮਝਦੀਆਂ। ਧਿਆਨ ਸੇ ਸੁਣ, ਪਰੋਤ ਜੀ ਕੋਲ ਮਹਾਰਾਜ ਜੀ ਨੇ ਮੋਟਰਸਾਈਕਲ ਰਕਾਇਆ, ਉਹਦੀ ਦੁਕਾਨ ਹੀ ਮੰਦਰਾਂ ਦੇ ਲਾਗੇ, ਰਾਮ ਮੰਦਰ ਦੇ ਲਾਗੇ। ਮਹਾਰਾਜ ਪਰੋਤ ਜੀ ਕੋਲ ਗਏ, ਮਹਾਰਾਜ ਜੀ ਨੇ ਉਹਦੇ ਚਰਨੇ ਗਈ ਹੱਥ ਲਾਈਏ, ਮੱਥਾ ਟੇਕਿਆ, ਲਗੇ ਆਖਣ, ਪਰੋਤ ਜੀ ਭਲਾ ਤੁਸ ਚੰਪਾ ਜੀ ਕੋਲ ਕੋਈ 2 ਘੰਟੇ 3 ਬੈਠੇ ਰਹੇ ਅੱਜ? ਪਰੋਤ ਜੀ ਦੇ ਜਾਂ ਸਰਗੰਢੇ ਉੱਭਰੀ ਹੈ ਕਿ ਉਹ ਤੇ ਬੈਠੇ ਰਹਾ, ਪਰ ਤੂੰ ਬਾਹਰਾ ਆਇਆ ਬੈ, ਤੁਸੀਂ ਕਿੰਨੇ ਪਤਾ? ਬੋਲੇ ਕੋਈ ਮੋਬਾਈਲ ਥੋੜ੍ਹੀ, ਉਹ ਦੂਆ ਟੈਲੀਫੋਨ ਵੀ ਨਹੀਂ ਹੁੰਦਾ ਲੈਂਡਲਾਈਨ, ਉਹ ਪੂਰੇ ਪਿੰਡਾਂ 'ਚ ਕੁਦਾ ਇੱਕ ਹੁੰਦਾ। ਬੱਚੂ ਹਾਂ, ਮੈਂ ਦੇਵੀ ਕੋਲ ਬੈਠੇ ਦਾ, ਉਹ ਦੇਵੀ ਨੇ ਆਖਦੇ ਸੀ ਮਾਤਾ ਜੀ ਨੂੰ, ਪਰੋਤ ਜੀ ਬੜਾ ਮਜ਼ਾ ਆ ਰਿਹਾ ਤੇਰੀਆਂ ਗੱਲਾਂ ਕਰਨ। ਅੱਛਾ ਠੀਕ ਹੈ, ਲਗਭਗ ਤੁਸੀਂ ਵੀ 3 ਘੰਟੇ ਬੈਠੇ ਹੋ ਮੇਰੀਆਂ ਗੱਲਾਂ ਕਰੀ ਆ ਰਹੇ? ਹਾਂਜੀ ਹਾਂਜੀ। ਅੱਛਾ ਠੀਕ, ਪਰ ਬੱਚੂ ਤੁਸੀਂ ਕਿੰਨੇ ਪਤਾ ਲੱਗਾ? ਉਹ ਠੇਕੇਦਾਰ ਜਿਹੜਾ ਕੰਨੇ ਹਾਂ ਮੋਟਰਸਾਈਕਲ ਚਲਾ ਦਾ, ਉਸ ਭਾਈ ਸਾਹਿਬ ਨੇ ਮੈਨੂੰ ਸੁਣਾਇਆ, ਹੁਣ ਇੱਕੜੀ ਵਾਰੀ ਬਮਾਲ ਗਏ, ਉਹਨੇ ਆਖਿਆ ਮਹਾਰਾਜ ਮੈਂ ਹੈਰਾਨ ਹੋਈ ਆ। ਸ਼ਾਸਤਰੀ ਮਹਾਰਾਜ ਨੇ ਪਰੋਤ ਜੀ ਕੇ ਆਖਿਆ, ਕਿਉਂਕਿ ਪਰੋਤ ਜੀ 12 ਵਜੇ ਕੋਲ ਲਈ ਹੈ, 3 ਵਜੇ ਤੱਕ ਮੇਰਾ ਕਥਾ 'ਚ ਮਾਸਾ ਮਨ ਨਹੀਂ ਲੱਗਿਆ, ਜਿੰਨੇ ਚਿਰ ਚੰਪਾ ਜੀ ਦਾ ਧਿਆਨ ਮੇਰੇ ਵਾਲੀ ਵੱਖੀ ਨਹੀਂ ਹੋਇਆ, ਇੰਨੇ ਚਿਰ ਮੇਰੇ ਕੋਲ ਕਥਾ ਨਿਕਲਦੀ ਕਿ ਨਹੀਂ, ਉੱਥੋਂ ਕਥਾ ਚੱਲਦੀ ਹੈ ਇੱਧਰਾਂ ਨਿਕਲਦੀ। ਪਰ ਮੈਂ ਹਿਸਾਬ ਲਾਈ ਲਿਆ, ਕੋਈ ਵੀ ਹੋਰ ਹੁੰਦਾ ਤੇ ਚੰਪਾ ਜੀ ਨੇ ਪਾਠ ਕਰਨ ਦਾ ਜਾਂ ਕੋਈ ਬਹਾਨਾ ਕਰੀ ਉੱਠੀਏ ਚਲੀ ਜਾਣਾ, ਹਾਂ ਸਿਰਫ ਪਰੋਤ ਜੀ ਨੇ ਜਿਹਨੇ ਕਿ ਉਹ ਨਹੀਂ ਠੱਕ ਸਕਦੀਆਂ, ਨਾ ਆਖੀ ਸਕਦੀਆਂ ਕਿ ਪਰੋਤ ਜੀ ਵੀ ਕੰਮ ਹੈ, ਕਿਉਂਕਿ ਪਰੋਤੇ ਕੀ ਭਾਈ ਸਨਮਾਨ ਦੇਣਾ ਹੁੰਦਾ, ਤੇ ਪਰੋਤ ਜੀ ਕੋ ਤੁਸੀਂ ਆਖੀ ਨਹੀਂ ਨਾ ਸਕੀ, ਮੇਰੀ ਕਥਾ ਨਹੀਂ ਚਲਾਦੀ ਕਿਉਂਕਿ ਉਧਰਾ ਮੇਰੇ ਵਾਲੀ ਵੱਖੀ ਧਿਆਨ ਹੋਇਆ ਹੁੰਦਾ, ਫਿਰ ਮੈਂ ਅੱਗੇ ਕਥਾ ਕਰੀ ਸਕਣਾ। ਪਰੋਤ ਜੀ ਮਹਾਰਾਜ ਹੈਰਾਨ ਹੋਈ ਔਰ ਪਰੋਤ ਜੀ ਨੇ ਆਖਿਆ, ਪੁੱਤਰਾ ਮੇਰਾ ਮਨ ਕਰਦਾ ਤੂੰ ਮੇਰੇ ਪੈਰੇ ਨਹੀਂ ਹੱਥ ਲਾ ਕਰ, ਮੇਰੇ ਗਲੇ ਮਿਲ ਘੁੱਟੀ ਹੈ। ਓਏ ਇਹ ਤੇ ਸ਼ਿਵ ਪਾਰਵਤੀ ਵਾਲੇ ਸੰਬੰਧ ਨੇ ਏਡੇ ਗੂੜੇ, ਉਹ ਇੰਨੀ ਅੱਗੇ ਪੁੱਜੀ ਤੁਸੀਂ। ਪਰੋਤ ਜੀ ਨੇ ਘੋਟੀਏ ਸ਼ਾਸਤਰੀ ਮਹਾਰਾਜ ਕੀ ਛਾਤੀ ਕਨੇ ਲਾਇਆ,
ਏਡੀ ਵੱਡੀ ਸ਼ਕਤੀ ਮੇਰੇ ਪੈਰੇ ਪਾਉਂਦੀ ਨਾ, ਮੈਂ ਇੰਨਾ ਝਾਕਾ ਲੱਗਦਾ। ਮਹਾਰਾਜ ਨੇ ਆਖਿਆ, ਨਹੀਂ ਫਿਰੋਜ ਜੀ, ਪਿਓ ਪਿਓ ਗਾ ਹੁੰਦਾ, ਤੁਸੀਂ ਪਿਓ ਦੇ ਸਮਾਨ ਹੋ, ਤੁਸੀਂ ਸਾਨੂੰ ਬੜਾ ਕੁਛ ਸਿਖਾਇਆ, ਤੁਸੀਂ ਵੱਡੇ ਹੋ ਸਾਰੇ। ਬੜਾ ਮਹਾਰਾਜ ਕੀ ਆਦਰ ਕਰਨਾ ਆਉਂਦਾ ਹੈ ਵੱਡੇ ਦਾ। ਮਾਤਾ ਜੀ ਕੋਲ ਪੁੱਜੇ, ਮਹਾਰਾਜ ਜੀ ਘਰ, ਮਾਤਾ ਜੀ ਨੇ ਜੰਦੇ ਗਾ ਆਖੀ ਕਿ ਗੱਲ ਕਥਾ ਚ ਮਨ ਨਹੀਂ ਲੱਗੇ, ਇੱਕ ਨਹੀਂ ਸੰਬੰਧ ਹੋ। ਮਹਾਰਾਜ ਨੇ ਆਖਿਆ ਕਿ ਉੱਥੋਂ ਕਥਾ ਚੱਲਦੀ ਹੈ ਤੇ ਮੈਂ ਇੱਥੇ ਛੜਾ ਮੂੰਹ ਲਾਉਣਾ, ਇੱਕ ਨਹੀਂ ਤਿਆਗ ਹੋਣ ਸਾਹਿਬ। ਉਹ ਠੇਕੇਦਾਰ ਮੈਂ ਸੁਣਾ ਰਿਹਾ ਤੇ ਕੰਨੇ ਕੰਨੇ ਆਪਣੀ ਬਾਹਾਂ ਦੱਸਿਆ, ਆਖਾ ਦੇਖੋ ਮਾਰੇ ਮੇਰੇ ਸਰਗੰਢੇ ਉਭਰੀ ਯਾਦ ਨੇ ਕਿ ਇਹ ਕਿਹੜਾ ਸੰਬੰਧ ਹੁੰਦਾ, ਇਸੀ ਕਿਹੜੀ ਵਿੱਦਿਆ ਆਖਦੇ ਨੇ ਕਿ ਮਾਤਾ ਜੀ ਛੜਾ ਧਿਆਨ ਕਰਨ ਮਹਾਰਾਜ ਦਾ ਤੇ ਮਹਾਰਾਜ ਉੱਥੇ ਪਤਾ ਲੱਗੀ ਜਾਂਦਾ ਕਿ ਇਹਦੇ ਮਨ ਚ ਕੀ ਚੱਲਦਾ। ਔਰ ਮਹਾਰਾਜ ਕੀ ਪੁੱਛਿਆ ਵੀ ਹੈ ਕੁਹਾ ਨੇ ਕਿ ਤੁਸੀਂ 22-25 ਸਾਲ ਦੇ ਹੋ ਤੇ ਲਗਭਗ ਜੰਮੂ ਪੰਜਾਬ ਤੁਸੀਂ ਕੀ ਜਾਣਦਾ, ਤੇ ਮਹਾਰਾਜ ਨੇ ਉਸਲਾ ਆਖਿਆ ਹਾ ਭਾਈ ਇਹ ਮੇਰੀ ਤਾਕਤ ਨਹੀਂ, ਇਹ ਚੰਪਾ ਜੀ ਦਾ ਸੱਤ ਹੈ ਜਿਹੜਾ ਮਿਗੀ ਰੋਜ਼ ਅੱਗੇ ਅੱਗੇ ਵਧਾਦਾ, ਇਹ ਉਹਦੇ ਸੱਤ ਕੰਨੇ ਉਹਦੇ ਤਪ ਕੰਨੇ ਮੇਰੀ ਪ੍ਰਸਿੱਧੀ ਹੋ ਰਹੀ ਹੈ। ਤੋ ਮਾਤਾ ਜੀ ਕੋਈ ਛੋਟੀ ਤਾਕਤ ਨਹੀਂ ਹੈ, ਮਾਤਾ ਜੀ ਦੇ ਸਤੀ ਧਰਮ ਕੰਨੇ ਉਹਦੇ ਸਤੀਤਵ ਕੰਨੇ ਕੇ ਸ਼ਾਸਤਰੀ ਮਹਾਰਾਜ ਦੀ ਉਚਾਈ ਬਣਦੀ ਜਾ ਰਹੀ। ਔਰ ਅੱਜ ਵੀ ਮਾਤਾ ਜੀ ਦਾ ਤਪ ਲੜਾਦਾ ਸਾਹਿਬ, ਅੱਜ ਵੀ ਉਹਦੇ ਤਪ ਦੇ ਇਲਾਵਾ ਕੋਈ ਦੂਸਰੀ ਗੱਲ ਨਹੀਂ, ਉਹਦੀ ਕਿਰਪਾ ਬਗੈਰ ਅਸ ਕੌਡੀ ਕਰਤੂਤ ਦੇਣੀ ਆ ਸਾਹਿਬ, ਸਭ ਉਹਦੀ ਕਿਰਪਾ, ਸਭ ਉਹਦੀ ਮਹਿਮਾ ਹੈ, ਉਹਦੀ ਮਹਿਮਾ ਬਗੈਰ ਕੌਣ ਜਾਣਦਾ ਸਾਨੂੰ, ਇਹ ਸਭ ਉਹਦੀ ਹੈ। ਸ਼ਾਸਤਰੀ ਜੀ ਮਹਾਰਾਜ ਉੱਪਰ ਵੀ ਮਹਾਰਾਜ ਸਿੱਧਾ ਸਿੱਧਾ ਆਖਦੇ ਨੇ ਕਿ ਉਹਦਾ ਤਪ ਕੰਮ ਕਰਾ, ਉਹਦੀ ਤਪੱਸਿਆ ਲੜਾ। ਇਸ ਲਈ ਤੁਸੀਂ ਸਾਰੇ ਹੀ ਬੇਨਤੀ ਕਰਾਂ ਆਪਣੇ ਪਰਿਵਾਰ ਦੇ ਵਿੱਚ ਅਸ ਸ਼ੰਕਰ ਜੀ ਕੋਲਾ ਔਰ ਸ਼ਾਸਤਰੀ ਜੀ ਮਹਾਰਾਜ ਕੋਲਾ ਸਿੱਖਿਆ ਕਿ ਦੋਨੋਂ ਇੱਕ ਦੂਜੇ ਦਾ ਮਾਨ ਸਨਮਾਨ ਕਰੇ, ਪਤੀ ਪਤਨੀ ਦਾ ਮਾਨ ਕਰੇ ਔਰ ਪਤਨੀ ਪਤੀ ਦਾ ਸਨਮਾਨ ਕਰੇ। ਪਤੀ ਪਤਨੀ ਦੀ ਇੱਜ਼ਤ ਕਰੇਗਾ ਤਾਂ ਉਹਦੀ ਬਾਹਰ ਇੱਜ਼ਤ ਹੋਣੀ ਹੈ, ਅਦਰਵਾਈਜ਼ ਜੇ ਘਰ ਗਿਆ ਇੱਜ਼ਤ ਨਹੀਂ ਹੋ ਤੇ ਬਾਹਰ ਕਿੰਨੀ ਹੋਣੀ, ਸੰਬੰਧ ਤੇ ਕੋਈ ਇਹਦੇ ਕੋਲ ਸਿੱਖੇ ਕਿ ਹੋਣੀ, ਕ੍ਰਿਸਤ ਧਰਮ ਵੀ ਕਿੰਨਾ ਨਿਭਾਇਆ ਜਾਂ ਸ਼ੰਕਰ ਜੀ ਕੋਲ ਸਿੱਖਿਆ ਜਾਂ ਸ਼ਾਸਤਰੀ ਮਹਾਰਾਜ ਕੋਲ ਸਿੱਖਿਆ ਜਾ। ਇੱਕ ਵਾਰੀ ਜੈ ਜੈਕਾਰ ਕਰੋ, ਭਗਵਤੀ ਦਇਆ ਮਈ ਮਾਂ ਚੰਪਾ ਮਈਆ ਕੀ ਜੈ, ਪਰਮ ਪੂਜ ਸ਼ਾਸਤਰੀ ਜੀ ਮਹਾਰਾਜ ਕੀ ਜੈ। ਬੰਧੂਓ, ਬੜੇ ਰਹੱਸ ਐਸੇ ਨੇ ਜਿਹੜੇ ਦੱਸਣੇ ਨਹੀਂ ਚਾਹੀਦੇ, ਪਰ ਇਹ ਵਿਆਸ ਮੰਚ ਐਸਾ ਹੁੰਦਾ ਨਾ, ਕੁਛ ਦੱਬੇ ਦਾ ਨਹੀਂ ਰੋਣ ਦਿੰਦਾ। ਅੱਜ ਬੜੀ ਵੱਡੀ ਗੱਲ ਖੋਈ ਮੇਰੇ ਕੋਲ, ਕੁਸਾ ਵੀ ਨਹੀਂ ਪਤਾ, ਇੱਥੇ ਦੋ ਚੋਂ ਪੰਜੇ ਹੀ ਪਤਾ ਹੋਣਾ ਹੈ ਨਾ। ਅੱਜ ਲੈ ਪਏ ਗੁਰੂ ਨੇ ਗੱਲਾਂ ਕਰਨੀਆਂ, ਸ਼ੱਕ ਇਤਿਹਾਸ ਗੱਲਾਂ ਤੇ ਕਰਦੇ ਸੀ, ਪੱਕਾ ਹੀ ਨਹੀਂ ਸਾਹਿਬ। ਇਸੀ ਆਖਦੇ ਰਹੱਸ ਰੱਖਣਾ, ਇਹ ਹੁੰਦਾ ਤਿਆਗ, ਇਹ ਸ਼ਾਸਤਰੀ ਮਹਾਰਾਜ ਦਾ ਤਿਆਗ। ਸਾਡੇ ਘਰ ਸਾਡੇ ਦਾਦਾ ਜੀ ਵੀ ਨਹੀਂ ਪਤਾ, ਮੈਂ ਕਹਿੰਦਾ ਮਿਗੀ ਵੀ ਨਹੀਂ ਹਾਂ ਪਤਾ, ਮਿਗੀ ਤੇ ਹੁਣ ਪਤਾ ਲੱਗਾ ਥੋੜਾ ਚਿਰ ਪਹਿਲਾਂ। ਮਹਾਰਾਜ ਨੇ ਆਪਣੀਆਂ ਜ਼ਮੀਨਾਂ ਦੇ ਜੁੜੀਆਂ, ਉਸੇ ਪਤਾ ਨਹੀਂ ਹੁੰਦਾ ਮਹਾਰਾਜ ਦੇ ਵੀ ਆਏ ਦਿਨ। ਆਪਣਾ
ਲੇਖ ਲਿਖੇ ਦਾ, ਥੀਸਿਸ ਲਿਖਾ ਦੇ, ਥੀਸਿਸ ਲਿਖਾ ਦੇ। ਇੱਕ ਮਿੱਤਰ ਕੀ ਨਹੀਂ ਪਸੰਦ ਆਇਆ, ਮਾਰੇ ਨੇ ਉਸੀ ਕੰਨੇ ਬਿਠਾਇਆ, ਚਨਾਦਰੇ ਆ ਗਏ, ਉੱਥੇ ਰੋੜੀ ਆ। ਅਗਰ ਤੂੰ ਖੁਸ਼ ਰਹੋ ਜਿਹੜਾ, ਮੈਂ ਛੋੜੀ ਪੀ ਐਚ ਡੀ ਮੈਂ ਕਰਨੀ ਹੁਣ, ਰੋੜੀ ਆਈ ਜੀ ਥੀਸਿਸ ਆਪਣਾ ਤਿਆਗ ਕੰਨੇ ਭਰੋਚੇ ਦੇ ਮਹਾਰਾਜ। ਅੱਜ ਮੈਂ ਬਾਰ ਬਾਰ ਇਹ ਗੱਲ ਆਖਣਾ, ਕੋਈ ਹੁੰਦੇ ਅੰਗਰ ਬੋਲੀ ਹੈ ਨਕਲ ਤੇ ਕਰ ਲੈ ਗਏ, ਕਰਤੂਤ ਕਿੱਥੋਂ ਲੈ ਗਏ ਉਗਲੀ, ਕਈ ਮੁੰਡੀਆਂ ਟੇਡੀਆਂ ਕਰ ਲਈਆਂ ਵਿਚਾਰੇ ਨਕਲ ਕਰਦੇ ਕਰਦੇ, ਪਰ ਤਿਆਗ ਕਿੱਥੋਂ ਲੈਣਾ, ਤਿਆਗ ਕਿੱਥੋਂ ਲੈਣਾ। ਮਹਾਰਾਜ ਆਪਣੇ ਮੂੰਹ ਆਖੇ ਦਾ, ਕਈ ਸੋਚਦੇ ਮਾਲ ਸ਼ੰਕਰਾਈਏ ਸ਼ਾਸਤਰੀ ਬਣਨ ਹੁੰਦਾ, ਕਈ ਸੋਚਦੇ ਛੜੀ ਬੋਰੀ ਪਾਈ ਲੈ ਕੇ ਖਰੇ ਸ਼ਾਸਤਰੀ ਬਣੀ ਆ ਕਿ ਨਹੀਂ। ਦੂਸਰੇ ਦੇ ਪ੍ਰਤੀ ਔਰ ਆਪਣੇ ਦੇ ਪ੍ਰਤੀ ਇੱਕ ਜੈਸਾ ਭਾਵ ਰੱਖਣਾ, ਇਹ ਕਿੱਥੋਂ ਲੈ ਗਏ। ਇੱਕ ਨੇ ਵੀ ਜੰਮੂ ਬੋਰੀ ਪਾਈ ਵਿਚਾਰੇ ਨੇ, ਤੇ ਬਾਅਦ ਚ ਪਤਾ ਲੱਗਾ ਚੋਰੀ ਤਨਖਾਹਾਂ ਲੈਂਦਾ ਫਿਰਦਾ ਆਪਣੀਆਂ ਦਫ਼ਤਰਾਂ ਚ, ਚੋਰੀ ਪੈਂਟ ਕੋਟ ਪਾਉਣਾ ਤੇ ਦਫ਼ਤਰ ਜਾਈ ਪੁੱਜਣਾ ਤੇ ਉੱਥੋਂ ਤਨਖਾਹ ਲੈਣੀ ਤੇ ਮੁੜੀ ਆਣੀ ਹੈ ਧੋਤੀਆਂ ਲਪੇਟੀ ਲੈਣੀ। ਚਲੋ ਇਹਨਾਂ ਅੰਦਾਜ਼ੇ ਨਹੀਂ ਲਾਓ ਉਹਦੀ ਗੱਲ ਕਰਾਂ ਤਾਂ ਮੈਂ, ਛੋੜੋ ਜਿੰਨੇ ਵੀ ਪੌਂਡ ਰੱਖਣਾ ਕੀ ਨਾਂ ਲੈਣਾ ਹੁੰਦਾ, ਪਰ ਗੱਲ ਮੈਂ ਕਰਾਂ ਨਾ, ਸਾਨੂੰ ਕੀੜੇ ਪਈ ਜਾਣੇ ਚਾਹੀਦੇ ਨੇ। ਇਹ ਗੱਲ ਸੁਣੀਏ, ਜੇ ਕੋਈ ਆਖੇ ਕਿ ਤੁਸੀਂ ਸ਼ਾਸਤਰੀ ਅੰਗਰ ਲਿਖਾ ਹੋ, ਮਾਰੇ ਆ ਸੁਣਦੇ ਚਰਨੇ ਦੀ ਧੂੜ ਨਹੀਂ ਬਣੀ ਸਕਦੇ, ਤੇ ਅਸੀਂ ਕਿਹੜੀ ਗੱਲ ਸੁਣੀਏ ਤੇ ਖੁਸ਼ ਕਿਉਂ ਹੁੰਦੇ ਹਾਂ। ਇੱਕ ਵਖੀ ਮਾਰੇ ਕਿ ਆਪਣਾ ਸਤਿਗੁਰੂ ਸਮਝਣਾ, ਪਰਮਾਤਮਾ ਸਮਝਣਾ, ਤੇ ਦੂਜੀ ਵਖੀ ਪਸੋਈ ਪਸੋਈ ਪਾਉਣਾ ਕਿ ਲੋਕ ਸਾਨੂੰ ਸ਼ਾਸਤਰੀ ਲਈ ਪਏ। ਸ਼ਾਸਤਰੀ ਠੀਕ ਹੈ, ਇੱਕ ਡਿਗਰੀ ਹੈ, ਪਰ ਕੋਈ ਸ਼ਾਸਤਰੀ ਮਾਰੇ ਕੰਨੇ ਤੁਲਨਾ ਕਰੇ। ਸਾਨੂੰ ਇੰਨਾ ਹੋਣਾ ਚਾਹੀਦਾ, ਰਾਮ ਰਾਮ ਇਹਦੇ ਕੋਲ ਪਹਿਲੇ ਪ੍ਰਾਣ ਨਿਕਲੀ ਆਉਣ, ਅਸ ਆਪਣੀ ਤੁਲਨਾ ਉਸ ਸੂਰਜ ਕੰਨੇ ਕਰਾਂਗੇ ਜਿਹੜੇ ਭਾਗਵਤ ਦੇ ਸੂਰਜ ਹੈ, ਭਾਗਵਤ ਭਾਸਕਰ ਹੈ ਜਿਹੜੇ, ਉਹਦੇ ਕੰਨੇ ਤੁਲਨਾ। ਰਾਮ 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 ਮੇਰੇ ਜਿਵੇਂ ਕਦੇ ਸਾਹਿਬ ਹਜ਼ਾਰਾਂ ਵਾਰੀ ਜਨਮ ਲਈ ਹੈ ਧਰਤੀ ਪ੍ਰਾਣ, ਤਾਂ ਵੀ ਸ਼ਾਸਤਰੀ ਜੀ ਮਹਾਰਾਜ ਦਾ ਮੁਕਾਬਲਾ ਨਹੀਂ ਕਰੀ ਸਕਦੇ, ਬਿਲਕੁਲ ਨਹੀਂ ਕਰੀ ਸਕਦੇ। ਉਹ ਤਿਆਗ, ਔਰ ਤਿਆਗ ਦੇ ਕੰਨੇ ਕੰਨੇ ਸਮਾਜ ਦੇ ਪ੍ਰਤੀ ਇੰਨਾ ਪ੍ਰੇਮ, ਹਰ ਬੱਚੇ ਕੀ ਇੰਨਾ ਸਮਝਣਾ ਕਿ ਮੇਰਾ ਕ੍ਰਿਸ਼ਨ ਮੇਰੀ ਰਾਧਾ ਰਾਣੀ ਹੈ, ਇਹ ਸਮਝਣਾ। ਹਰ ਬੱਚੇ 'ਚ ਪਰਮਾਤਮਾ ਦੇਖਿਆ ਮਹਾਰਾਜ, ਔਰ ਹਰ ਪਰਿਵਾਰ ਵੀ ਕਿਆ ਗਰੀਬ ਹੈ ਕਿਹੜਿਆ ਵੀ ਹੈ, ਤੁਸੀਂ ਆਪਣਾ ਪਰਿਵਾਰ ਸਮਝ, ਇਹ ਕਿਹੜੀਆਂ ਗੱਲਾਂ ਕਿੱਥੋਂ ਲੈਣੀਆਂ ਨੇ। ਚਲੋ ਆਓ ਵਾਪਸ ਕੈਲਾਸ਼ ਪਰਬਤ ਉੱਪਰ ਚੱਲ ਜਾਏ।